ਗਿਆਨਾ ਚੰਦ ਮਹਾਰਾਜ ਜੀ। ਸੋ ਮੇਰਾ ਵੀਰ ਲਵਲੀਕ ਸ਼੍ਰੀਵਾਲ ਤੋਂ, ਜਿਨ੍ਹਾਂ ਨੇ ਬਹੁਤ ਵਧੀਆ ਗੁਰੂ ਗਿਆਨਾ ਚੰਦ ਮਹਾਰਾਜ ਦੀ ਮਹਿਮਾ ਦਾ ਗੁਰਦਾਨ ਕੀਤਾ, ਔਰ ਸੰਗਤ ਵੱਲੋਂ ਇੱਕ ਬੇਨਤੀ ਹੈ ਕਿ ਸੰਗਤ ਚਾਹੁੰਦੀ ਹੈ ਕਿ 2 ਮਿੰਟ ਕਥਾ ਗੁਰੂ ਗਿਆਨਾ ਚੰਦ ਮਹਾਰਾਜ ਦੇ ਨਾਂ ਤੇ ਹੋਰ ਕੀਤੀ ਜਾਵੇ। ਇੱਕ ਸ਼ਬਦ ਜਿਹੜਾ ਤੁਸੀਂ ਹੋਰ ਸੁਣਾਓ, ਉਸ ਤੋਂ ਬਾਅਦ ਇੱਕ ਮੇਰਾ ਵੀਰ ਲੱਕੀ ਗਿੱਲ ਇੱਕ ਸ਼ਬਦ ਨਾਲ ਉਹ ਵੀ ਜਿਹੜੀ ਆਪਣੇ ਹਾਲ ਵਿੱਚ ਖੁੱਲ੍ਹ ਲਵਾਵੇ, ਮੇਰਾ ਵੀਰ ਲੱਕੀ ਗਿੱਲ। ਕਿਉਂਕਿ ਗੁਰੂ ਗਿਆਨਾ ਚੰਦ ਮਹਾਰਾਜ ਦੀ ਮਹਿਮਾ ਜਿਹੜੀ ਆ ਉਹ ਇੰਨੀ ਜ਼ਿਆਦਾ ਕਿ ਆਪਾਂ ਜਿੰਨੀ ਕਰੀ ਜਾਈਏ ਉਹ ਇੰਨੀ ਥੋੜ੍ਹੀ ਆ, ਔਰ ਮੇਰਾ ਖਿਆਲ ਆਪਾਂ ਸਾਰੀ ਜ਼ਿੰਦਗੀ ਬੋਲਦੇ ਰਹੀਏ ਉਹਨਾਂ ਦੇ ਇਤਿਹਾਸ ਰਹੀ, ਖਤਮ ਨਹੀਂ ਹੋਣ ਵਾਲੀ ਗੱਲ। ਸੋ ਬੇਨਤੀ ਹੈ ਕਿ ਤੁਸੀਂ ਇੱਕ ਸ਼ਬਦ ਦੇ ਨਾਲ ਜਿਹੜੀ ਕਥਾ ਗੁਰੂ ਗਿਆਨਾ ਚੰਦ ਮਹਾਰਾਜ ਦੀ ਹੋਰ ਸਰਵਣ ਕਰਾਓ ਸਭ। ਥੈਂਕ ਯੂ ਮਿਹਰਬਾਨੀ ਜੀ ਸਾਰੀ ਸੰਗਤ ਨੇ। ਇਸ ਤੋਂ ਇਹ ਤੁਹਾਡੇ ਪਿਆਰ ਦਾ ਸਬੂਤ ਹੈ ਕਿ ਤੁਸੀਂ ਜੋ ਸਿੰਗਰ ਨੂੰ ਦੁਬਾਰਾ ਇੱਕ ਵਾਰ ਫਿਰ ਸਟੇਜ 'ਤੇ ਜਾਂ ਆਪਾਂ ਸਤਸੰਗ ਦੇ ਵਿੱਚ ਉਹਨੂੰ ਇੱਕ ਵਾਰ ਫਿਰ ਬੋਲਣ ਦਾ ਮੌਕਾ ਦਿੰਦੇ ਹਾਂ ਕਿ ਇਸ ਪਿਆਰ ਤੁਹਾਡੇ ਦਾ ਸਬੂਤ ਆ ਪਰਮਾਤਮਾ ਵਾਲਮੀਕ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ। ਸੋ ਉਹਨਾਂ ਦੀ ਕਥਾ ਦੀ ਗੱਲ ਕਰਨ ਜਾ ਰਹੇ ਹਾਂ ਜੀ। ਕਥਾ 'ਤੇ ਆਪਾਂ ਜੇ ਆਪਣੇ ਕੋਲ ਤਾਂ ਸਿਰਫ 2-3 ਘੰਟਿਆਂ ਦਾ ਟਾਈਮ ਆ, ਆਪਾਂ ਜੇ 2-3 ਜਨਮਾਂ ਦੀ ਵੀ ਗੱਲ ਕਰੀਏ ਆਪਾਂ ਆਪਣੀ ਜ਼ਿੰਦਗੀ 'ਚ ਉਹਨਾਂ ਦੀ ਕਥਾ ਨੂੰ ਨਹੀਂ ਸਰਵਣ ਕਰ ਸਕਦੇ, ਨਾ ਹੀ ਮੈਂ ਸਰਵਣ ਕਰਵਾ ਸਕਦਾ ਵਾਂ। ਕਿਉਂਕਿ ਉਹਨਾਂ ਨੇ 130 ਸਾਲ ਸਤਿਗੁਰੂ ਗਿਆਨਾ ਜੀ ਮਹਾਰਾਜ ਨੇ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਬਾਣੀ ਨੂੰ ਇੱਕ ਗੱਡੇ ਦੇ 2 ਬੈਲਦਾਂ ਦੇ ਨਾਲ ਪੂਰੇ ਨਗਰਾਂ ਦੇ ਵਿੱਚ ਜੋ ਉਹਨਾਂ ਦੀ ਬਾਣੀ ਦਾ ਪ੍ਰਚਾਰ ਪੂਰੀ ਸਾਧ ਸੰਗਤਾਂ ਨੂੰ, ਸੋ ਸਾਡੀ ਕੌਮ ਨੂੰ ਉਹਨਾਂ ਨੇ ਕੰਠ ਕਰਵਾਇਆ ਵਾ। ਸੋ ਸਾਡੀ ਕੌਮ ਨੇ ਵੀ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਦਾ ਉਹਨਾਂ ਆਸਰਾ ਲੈ ਕੇ ਉਹਨਾਂ ਦੀ ਬਾਣੀ ਦੇ ਉੱਤੇ ਅਮਲ ਕੀਤਾ ਵਾ। ਸਤਿਗੁਰੂ ਗਿਆਨਾ ਜੀ ਮਹਾਰਾਜ ਦੀ ਜੋ ਉਹਨਾਂ ਨੇ ਕੀਤੀ ਹੋਈ ਕਠਨ ਤਪੱਸਿਆ ਦਾ ਮੁੱਲ ਪਾਇਆ ਵਾ। ਇਸ ਤੋਂ ਸਬੂਤ ਹੁੰਦਾ ਕਿ ਜੋ ਪ੍ਰਦੇਸ਼ਾਂ ਦੇ ਵਿੱਚ ਰਹਿ ਕੇ ਆਪਾਂ ਉਹਨਾਂ ਦੇ ਰਹਿਬਰਾਂ ਨੂੰ ਯਾਦ ਰੱਖਦੇ ਹਾਂ, ਆਪਣੇ ਰਹਿਬਰਾਂ ਨੂੰ ਯਾਦ ਰੱਖਦੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੱਲ ਕਥਾ ਦੀ ਆ ਜਾਂਦੀ ਹੈ। ਜਿੰਨੀ ਕਥਾ ਮੈਂ ਆਪਣੇ ਗੁਰੂ ਸ਼੍ਰੀਮਾਨ ਸੰਤ ਬਾਬਾ ਸੇਵਕਨਾਥ ਜੀ ਦੇ ਨਾਲ ਰਹਿ ਕੇ ਸਰਵਣ ਕੀਤੀ ਹੈ, ਸੋ ਉਹਨੇ ਤੁਹਾਡੇ ਸਾਧ ਸੰਗਤਾਂ ਦੇ ਸ਼ਾਰਟਕੱਟ ਕਰਕੇ ਮੈਂ ਸੁਣਾਉਂਗਾ ਜ਼ਰੂਰ ਕਿ ਗੁਰੂ ਗਿਆਨਨਾਥ ਮਹਾਰਾਜ ਜੀ ਪਿੰਡ ਮਾਨਾਵਾਲ ਦੇ ਰਹਿਣ ਵਾਲੇ ਸਨ। ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਦਾ ਪਿੰਡ ਮਾਨਾਵਾਲ ਜ਼ਿਲ੍ਹਾ ਅੰਮ੍ਰਿਤਸਰ ਫਰੋਮ ਪੰਜਾਬ, ਉੱਥੋਂ ਦੇ ਰਹਿਣ ਵਾਲੇ ਸੀ। ਇਹਨਾਂ ਦੇ ਪਿਤਾ ਦਾ ਨਾਮ ਸੀ ਸਰਦਾਰ ਹਾਕਮ ਸਿੰਘ ਜੀ, ਅਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਰਾਜ ਰਾਣੀ ਸਤਵੰਤੀ, ਅਤੇ ਇਹਨਾਂ ਦੀ ਭੈਣ ਦਾ ਨਾਮ ਸੀ ਮਾਤਾ ਜੀਵਾ ਜੀ, ਮਾਤਾ ਜੀਵਾ ਜੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਅਤੇ ਇਹਨਾਂ ਦੇ ਭਰਾ ਦਾ ਨਾਂ ਸੀ ਵੀਰ ਗੌਰਾ ਜੀ, ਜਿਹਨਾਂ ਨੇ ਸਾਰਾ ਪਰਿਵਾਰ ਹੀ ਜਿਹਨਾਂ ਦਾ ਗੁਰੂ ਗਿਆਨਨਾਥ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਜਿਹਨਾਂ ਨੇ ਸਤਿਗੁਰੂ ਗਿਆਨਨਾਥ ਜੀ ਵਰਗੇ ਇੱਕ ਆਪਾਂ ਉਹਨਾਂ ਨੂੰ ਜੋਧੇ ਵੀ ਕਹਿ ਸਕਦੇ ਹਾਂ। ਮੈਂ ਪਹਿਲਾਂ ਵੀ ਗੱਲ ਕਹੀ ਕਿ ਉਹ ਸੰਤ ਵੀ ਆ, ਸਿਪਾਹੀ ਵੀ ਆ। ਸੰਤ ਦਾ ਮਤਲਬ ਤੁਸੀਂ ਸਭ ਜਾਣਦੇ ਕਿ ਆਪਾਂ ਜਿਹਨਾਂ ਨੂੰ ਪੂਜਦੇ ਹਾਂ, ਸਿਪਾਹੀ ਸਿਪਾਹੀ ਉਹ ਹੁੰਦਾ ਜੋ ਇੱਕ ਰੱਖਿਆ ਕਰਦਾ। ਆਪਾਂ ਸਿਪਾਹੀ ਅੱਜ ਕੱਲ੍ਹ ਪੁਲਿਸ ਵਾਲਿਆਂ ਨੂੰ ਵੀ ਕਹਿ ਦਿੰਦੇ ਹਾਂ, ਉਹਨਾਂ ਨੇ ਕੌਮ ਦੀ ਰੱਖਿਆ ਕੀਤੀ, ਆਪਾਂ ਉਹਨਾਂ ਨੂੰ ਇਸ ਕਰਕੇ ਸਿਪਾਹੀ ਕਿਹਾ ਵਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਹਨਾਂ ਨੇ ਪਿੰਡ ਮਾਨਾਵਾਲ ਤੋਂ ਚੱਲਦਿਆਂ ਹੋਇਆਂ ਪੂਰੀ ਦੁਨੀਆ ਦੀ ਪੂਰੀ ਸ੍ਰਿਸ਼ਟੀ ਦੀ ਯਾਤਰਾ ਕੀਤੀ। ਜਿੱਥੇ ਜਿੱਥੇ ਵੀ ਭਗਵਾਨ ਵਾਲਮੀਕੀ ਮਹਾਰਾਜ ਦੀ ਕਿਰਪਾ ਦੇ ਨਾਲ ਵਾਲਮੀਕੀ ਕੌਮ ਵਸੀ ਹੋਈ, ਉਹਨਾਂ ਨੇ ਉੱਥੇ ਪਹੁੰਚ ਕੇ ਆਪਣੇ ਪਵਿੱਤਰ ਚਰਨਾਂ ਦਾ ਪਵਿੱਤਰ ਚਰਨਾਂ ਦੇ ਨਾਲ ਚੱਲ ਕੇ, ਅੱਜ ਕੱਲ੍ਹ ਤਾਂ ਗੱਡੀਆਂ ਚੱਲਦੀਆਂ ਨੇ ਸਾਰੇ, ਚਲੋ ਜ਼ਮਾਨੇ ਦੇ ਹਿਸਾਬ ਦੇ ਨਾਲ ਮੁਤਾਬਿਕ ਚੱਲਦਿਆਂ ਹੋਇਆਂ ਸਹੀ ਵੀ ਹੈ, ਉਹਨਾਂ ਦੇ ਟਾਈਮ ਦੇ ਵਿੱਚ ਉਹਨਾਂ ਨੇ ਗੱਡੇ 'ਤੇ ਯਾਤਰਾ ਕੀਤੀ। ਗੁਰੂ ਪਿਆਰੀ ਸਾਧ ਸੰਗਤ ਜੀ, ਪਿੰਡ ਨਸੀਰੇਵਾਲ ਤੋਂ ਮੈਂ ਬਿਲੋਂਗ ਕਰਦਾ ਵਾਂ, ਸਾਡੇ ਪਿੰਡ 2 ਰਾਤਾਂ ਰਹਿ ਕੇ ਗਏ ਨੇ ਗੁਰੂ ਗਿਆਨਨਾਥ ਜੀ ਮਹਾਰਾਜ। ਸੋ ਸਾਡਾ ਪਿੰਡ ਵੀ ਬਹੁਤ ਵਡਭਾਗਾ ਹੈ, ਸਾਰੇ ਪਿੰਡਾਂ ਦੇ ਵਿੱਚ ਗੁਰੂ ਗਿਆਨਨਾਥ ਜੀ ਮਹਾਰਾਜ ਚੱਲ ਕੇ ਆਏ ਨੇ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਸ਼ਬਦ ਸਰਵਣ ਕਰਾਇਆ ਸੀ ਕਿ ਅੱਖੋਂ ਅੰਨੀ ਕੇਸੋ ਮਾਂ ਦਾ ਸੁਨਾ ਜਗ ਰਿਸ਼ਤਾ ਆ, ਉਹ ਅੱਖੋਂ ਅੰਨੀ ਕੇਸੋ ਮਾਂ ਕੌਣ ਸੀ? ਗੁਰੂ ਗਿਆਨਨਾਥ ਮਹਾਰਾਜ ਦੀ ਭੂਆ ਸੀ।